ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਦਾ ਅੰਤਮ ਹੱਲ ਕੀ ਹੋਵੇਗਾ ਪਰ ਯੂਕਰੇਨ ਦੀ ਮਦਦ ਲਈ ਕਈ ਵੱਡੇ ਲੋਕ ਅੱਗੇ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਅਮਰੀਕਾ ਹੈ ਜੋ ਕਿ ਸ਼ੁਰੂ ਤੋਂ ਹੀ ਯੂਕਰੇਨ ਦੀ ਮਦਦ ਕਰਦਾ ਆ ਰਿਹਾ ਹੈ ਇਸ ਸੰਦਰਭ ਦੇ ਵਿੱਚ ਅਮਰੀਕਾ ਨੇ ਸ਼ੁੱਕਰਵਾਰ ਨੂੰ ਯੂਕਰੇਨ ਲਈ 425 ਮਿਲੀਅਨ ਡਾਲਰ ਦੇ ਇੱਕ ਨਵੇਂ ਫੌਜੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਜਿਸ ਵਿੱਚ ਰੂਸੀ ਹਮਲੇ ਵਿਰੁੱਧ ਲੜਾਈ ਵਿੱਚ ਮਦਦ ਲਈ ਹਵਾਈ ਰੱਖਿਆ ਅਤੇ ਤੋਪਖਾਨਾ ਸਮਗਰੀ ਅਤੇ ਟੈਂਕ ਵਿਰੋਧੀ ਹਥਿਆਰ ਸ਼ਾਮਲ ਨੇ ਇਹ ਸਾਜ਼ੋ ਸਮਾਨ ਛੋਟੇ ਹਥਿਆਰਾਂ ਦੇ ਗੋਲਾ ਬਾਰੂਦ ਟਾਉਣ ਵਾਲੇ ਹਥਿਆਰਾਂ ਅਤੇ ਹੋਰ ਚੀਜ਼ਾਂ ਦੇ ਨਾਲ ਮੌਜੂਦਾ ਅਮਰੀਕੀ ਫੌਜੀ ਪੰਡਾਰਾਂ ਤੋਂ ਲਏ ਗਏ 125 ਮਿਲੀਅਨ ਡਾਲਰ ਪੈਕੇਜ ਦਾ ਹਿੱਸਾ ਹੈ ਪੈਕੇਜ ਵਿੱਚ ਡਰੋਨਾਂ ਦਾ ਮੁਕਾਬਲਾ ਕਰਨ ਲਈ ਲੇਜ਼ਰ ਗਾਈਡਿਡ ਹਥਿਆਰਾਂ ਵਿੱਚ 300 ਮਿਲੀਅਨ ਡਾਲਰ ਵੀ ਸ਼ਾਮਿਲ ਨੇ ਜੋ ਕਿ ਯੂਕਰੇਨ ਸੁਰੱਖਿਆ ਸਹਾਇਤਾ ਪਹਿਲ ਕਦਮੀ ਦੁਆਰਾ ਫੰਡ ਕੀਤੇ ਜਾਣਗੇ ਸੰਯੁਕਤ ਰਾਜ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਦੇਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਦਾਨੀ ਹੈ ਜਿਸ ਨੇ ਫਰਵਰੀ 2022 ਵਿੱਚ ਮਾਸਕੋ ਦੁਆਰਾ ਯੂਕਰੇਨ ਉਤੇ ਹਮਲਾ ਕਰਨ ਤੋਂ ਬਾਅਦ 44.2 ਬਿਲੀਅਨ ਡਾਲਰ ਦਾ ਵਾਅਦਾ ਵਾਅਦਾ ਕੀਤਾ ਹੈ ਅਮਰੀਕੀ ਅਧਿਕਾਰੀਆਂ ਨੇ ਯੂਕਰੇਨ ਲਈ ਅੰਤਰਰਾਸ਼ਟਰੀ ਸਮਰਥਨ ਤੇ ਜ਼ੋਰ ਦਿੱਤਾ ਹੈ ਰੂਸ ਦੇ ਹਮਲੇ ਤੋਂ ਬਾਅਦ ਕੀਵ ਦਾ ਸਮਰਥਨ ਕਰਨ ਲਈ ਤੇਜ਼ੀ ਨਾਲ ਗੱਠ ਜੋੜ ਦਾ ਗਠਨ ਕੀਤਾ ਹੈ ਅਤੇ ਦਰਜਨਾਂ ਦੇਸ਼ਾਂ ਤੋਂ ਸਹਾਇਤਾ ਦਾ ਤਾਲਮੇਲ ਕੀਤਾ ਹੈ